फिर भी ये जिंदा है, फिर भी जिंदा, बच्चे भी जिंदे है। ये केड़ी नस्ल दा? उल्टा ही आ रहा है, जर्मन क्रॉस है। ਇਹਦਾ ਕੀ ਤੁਸੀਂ ਨਾਂ ਰੱਖਿਆ ਹੋਇਆ? ਇਹਦਾ ਨਾਂ ਹੈ ਬਲਖੀਆ। ਬਲਖੀਆ। ਅਸਲਾਮ ਅਲੈਕੁਮ, ਮੈਂ ਆਉਂ, ਤੁਸੀਂ ਵੇਖ ਰਹੇ ਮੇਰਾ YouTube ਚੈਨਲ। ਉਮੀਦ ਹੈ ਤੁਸੀਂ ਸਾਰੇ ਖੈਰ ਖਰੀਅਤ ਨਾਲ ਹੋਸੋ। ਤੇ ਅੱਜ ਮੈਂ ਆਪਣੇ ਇੱਕ ਦੋਸਤ ਕੋਲ ਆਇਆ। ਹਾਂ ਫਜ਼ਲ ਭਾਈ, ਕੀ ਹਾਲ ਹੈ? ਅਲਹਮਦੁਲਿਲਾ, ਠੀਕ ਹੋ? ਠੀਕ ਠਾਕ। ਇਹ ਕੀ ਕਿਹਦੇ ਤੁਸੀਂ ਇਤਨਾ ਬਿਜ਼ੀ ਹੋ? ਯਾਰ ਕੋਈ ਸ਼ੌਕ ਲੱਗਿਆ ਮੈਂ ਕਿਹਾ, ਹਾਲਾਤ ਜਿਹੜਾ ਨਾ ਇੱਥੇ ਜਿਹੜਾ ਨਾ ਸਬਜ਼ੀਆਂ ਵਗੈਰਾ ਲਾ ਰਹੇ ਨਾ ਆਪਣੇ, ਮਤਲਬ ਨਾਲ ਹੀ ਇੱਕ ਇਹਨਾਂ ਦਾ ਕੋਈ ਖਾਲੀ ਪਲਾਟ ਹੈ ਘਰ ਦੇ, ਤੇ ਤੁਸੀਂ ਚੈੱਕ ਕਰ ਭਾਈ ਹੋਰੀ ਮਸਰੂਫ ਹੈ ਨਾ, ਬੀ ਨਾ ਕੋਈ ਦੇਸੀ ਬੀ ਘਰ ਦੇ ਵਿੱਚ ਜਿਹੜੇ ਹਨ ਸਾਰੇ ਹਨ, ਮੁਖਤਲਫ ਕਿਸਮ ਦੇ ਭਿੰਡੀਆਂ, ਭਿੰਡੀ ਹੋਰ ਤਰਬੂਜ਼ ਹੋਰ ਕਿਹੜੀ ਕਿਹੜੀ ਚੀਜ਼ ਦੇ, ਟਿੰਡਾ ਕੱਦੂ। ਸਹੀ ਹੋ ਗਿਆ। ਇਹ ਦੇਖੋ ਸਫੈਦ ਕਲਰ, ਇੱਕ ਵੀਡੀਓ ਬੜੀ ਵਾਇਰਲ ਹੋਈ ਆਈ, ਉਹਨਾਂ ਲੋਕੀ ਕਹਿੰਦੇ ਹਨ ਬਈ ਅੰਡੇ ਲੱਗੇ ਹੋਣ, ਅੰਡੇ ਸਾਰਾ ਜੋੜ ਦਾ ਪਲੰਦਾ ਜੀ। ਅੱਛਾ ਚੈੱਕ ਕਰ। ਹਾਂ ਐ ਵੇਖ, ਵਾਹ ਸੁਭਾਨ ਅੱਲਾਹ, ਕੀ ਬਾਤ, ਦੂਰੋਂ ਨਜ਼ਰ ਆ ਰਿਹਾ ਬਈ ਅੰਡੇ ਲੱਗੇ ਖਲੇ। ਅਸਾਂ ਵੇਖ ਲਾ ਨੂੰ ਝੂਠਾ ਸਾਡਾ ਸਾਹ ਕੇ ਸਮਾਸ਼, ਚੈੱਕ ਕਰ। ਇਹ ਭਾਈ ਹੋਰੀ ਪਾਰੀ ਮੇਰੇ ਤੇ ਨਹੀਂ ਵੇਖ ਰਿਹਾ, ਇਹ ਸੇ ਪਹਿਲੇ ਵਾਲੇ ਝੂਠਾ ਫੇਰ ਹੋ ਗਿਆ, ਬੈਂਗਾਂ ਦਾ ਨਹੀਂ ਪਤਾ ਲੱਗਾ ਬਈ ਚਿੱਟੇ ਨਾ ਕੇ ਕਾਲ, ਚੈੱਕ ਕਰ ਕੇ ਹੋ ਜਾ ਜ਼ਬਰਦਸਤ। ਬਸ ਕਰ ਬਸ ਕਰ ਵਿਚਾਰੇ ਨਾ, ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਫਾਰਮ ਹਾਊਸ ਹੈ? ਤੇ ਇਹ ਕੁੱਤਾ ਕਿਹੜਾ, ਕਿਹੜੀ ਨਸਲ ਦਾ, ਕਿਹੜੀ ਨਸਲ ਦਾ? ਜਰਮਨ ਕਰਾਸ ਹੈ। ਬਠਿੰਦਾ ਤੇ ਨਹੀਂ? ਨਹੀਂ, ਇਹ ਮਹਿਮਾਨਾਂ ਦੀ ਖਿਦਮਤ ਕਰਦਾ ਇਹ ਲੜਾਈ ਵਾਸਤੇ। ਤੇ ਇਹਦਾ ਕੀ ਕੋਈ ਨਾਂ ਸ਼ਾਂ, ਕੋਈ ਨਸਲ, ਕੋਈ ਕੀ ਹੁੰਦਾ? ਜਨਾਬ ਮੀਆਂ ਵਾਲੀ ਬਰੀਡ। ਅੱਛਾ, ਕੀ ਹੋਰ ਮੀਆਂ ਵਾਲੀ ਜਿਹਨੂੰ ਆਤਾ। ਅੱਛਾ, ਲਸਾਨੀ ਕਰਾਸ ਹੈ। ਸੇ ਲੜਾਈ ਵਾਸਤੇ ਅਸੀਲ ਚੂਚਾ, ਬਹੁਤ ਨਯਾਬ ਬਰੀਡਰ ਹੈ। ਸਹੀ ਸਹੀ। ਤੇ ਇਹ ਇੱਥੇ ਕਿ ਪਟੀਆਂ ਇਹਦੇ ਪੈਰਾਂ ਤੇ, ਇਹ ਮਿੱਟੀ ਛਿੱਟੀ ਤੇ ਆਪਣਾ ਇਹ ਤਲੀਆਂ ਖਰਾਬ ਨਾ ਹੋਣ ਮਤਲਬ। ਸਹੀ ਸਹੀ। ਤੇ ਉਹ ਜਿਹੜਾ F16 ਤੁਸੀਂ ਦੱਸਦੇ ਪਿਆ, ਇੱਕ F16 ਗਿਆ ਯਾਰ ਚਨੋਟ ਉਸਤਾਦ ਮੇਰੇ ਕੋਲ ਹੈ। ਅੱਛਾ, ਉਹ F16 ਕਿਉਂ, ਮੁਰਗੇ ਦਾ ਨਾਮ F16 ਰੱਖਿਆ ਹੋਇਆ? ਉਹਦੀ ਸਪੀਡ ਇਤਨੀ ਹੈ। ਅੱਛਾ, ਜਦੋਂ ਮੈਂ ਲੜਾਇਆ ਇਹ ਕਿਤਨੀਆਂ ਲੜਾਈ ਲੜ ਚੁੱਕਾ ਹੈ? ਇਹ ਮਾਸ਼ਾਅੱਲਾ ਸਾਹਿਬ ਆਲੀਆਂ ਬੱਦਿਆ। ਬੀਤਲ ਬਰਬਾਨੇ। ਸਹੀ। ਇੰਡੀਆ ਤੋਂ ਹੈ, ਅੰਮ੍ਰਿਤਸਰ ਤੋਂ ਟੁਰੀ ਹੈ। ਅੱਛਾ, ਅੰਮ੍ਰਿਤਸਰ ਇੰਡੀਆ। ਇਸ ਬੱਕਰੀ ਦਾ ਨਾ ਅੱਜ ਡੂ ਬਾਹਰ ਨਿਕਲਿਆ ਹੋਇਆ। ਇਹ ਕੀ ਚੀਜ਼ ਹੁੰਦੀ ਹੈ? ਮਤਲਬ ਇਹਦਾ ਮੈਦਾ ਜਿਹੜਾ ਨਾ। ਅੱਛਾ, ਇਹਦਾ ਮੈਦਾ ਪਟ ਗਿਆ। ਹਾਂ, ਇਹਦਾ ਪਾਟ ਕੇ ਥੱਲੇ ਆ ਗਿਆ। ਉਹ ਕੀ ਕੋਈ ਐਕਸੀਡੈਂਟ ਜਾਂ ਕੋਈ ਸੱਟ? ਅੱਛਾ, ਫਿਰ ਵੀ ਇਹ ਜ਼ਿੰਦਾ ਹੈ, ਫਿਰ ਵੀ ਜ਼ਿੰਦਾ, ਬੱਚੇ ਵੀ ਦਿੰਦੀ ਹੈ। ਅੱਛਾ, ਇਹ ਭਾਈ ਹੋਰ ਦੱਸ ਰਹੇ ਨੇ ਇਹਦਾ ਇਹ ਮੈਦਾ ਪੇਡੂ ਜਿਹਨੂੰ ਜ਼ਬਾਨ ਆਮ ਜ਼ਬਾਨ ਹੈ, ਪੰਜਾਬੀ ਜ਼ਬਾਨ ਹੈ। ਅੱਛਾ, ਇਹ ਬਾਹਰ ਆ ਕੇ ਫਿਰ ਇਹਦਾ ਕੋਈ ਇਲਾਜ ਵਗੈਰਾ ਡਾਕਟਰ ਚੈੱਕ ਕੀਤਾ? ਸਹੀ ਸਹੀ। ਅੱਛਾ, ਅੱਲਾ ਇਹਨੂੰ ਦੂਸਰੀ ਜ਼ਿੰਦਗੀ ਦਿੱਤੀ। ਠੀਕ ਠੀਕ ਹੋ ਗਿਆ। ਇਹ ਮੱਝੀ ਗਾਂ ਦਾ ਹੋ ਗਿਆ ਸੈਟਅਪ, ਹੈ ਕੱਟੇ ਵਗੈਰਾ। ਅੱਛਾ, ਮੁਰਗੇ ਆ, ਸਹੀ ਦੇਸੀ ਮੁਰਗੇ। ਤੇ ਇਹਦਾ ਕੋਈ ਸੈਟਅਪ ਇਹਦਾ ਕੋਈ ਨੀ ਬਣਾਇਆ? ਚੜਨ ਜਾਨਵਰ ਨਾਲ ਐਡਜਸਟ ਹੋ ਜਾਂਦਾ, ਲੜਾਈ ਬੜੀ ਲੜਦਾ। ਸਹੀ।
अच्छा मुर्गे की खास पहचान की तुम्हें कि किस तरह पता लगा ये मुर्गा बड़ा जड़ा है अच्छी नसल का है या अच्छा है या ये खूबसूरती का अंदाजा तुम किस तरह लाते हो अच्छा ब्लड लाइन मतलब कि नसल का है मतलब शुरू आंदी सही ठीक ठीक मुर्गे होंगे गोल्डन जिस तरह सही पता लगता वो आते ने असील इस तरह पहचान ओदी कोई कोई अकल की तू या किस तरह पहचान कि मुर्गे की अकल की ज्यादा होंगी है सही शांगरे ठीक ठीक अच्छा ये मैक्सिमम तुहाडे अंदाजे इसकी कीमत कितनी हो सी 50,000-60,000 की रेंज तक अच्छा मैक्सिमम छोटे छोटे की कीमत 15,000-20,000 शुरू हो रही है सही सही हाँ ये केड़ी नसल का गुलटैयर है बड़ा जड़ा गुस्से वाला लग रहा है हैं इन तो तुम इतने रखना आई है इस बाड़े अच्छा रात की रिहायश इतने दिन की उत्थे अच्छा सही 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 नहीं ये तो इसका तो काफी खौफ आ रहा है इस तो ना नहीं होता है नवेल या बड़ा अजीब कबूतर करीब कोई नहीं आना ए वेखो मैं तुम सुना रहा यह स्पेशली वीडियो जो विलॉग है ना अज ये शौकीन तिरंदे शौकीन उन्होंने वास्ते विलॉग स्पेशली है यदा कि तुसा ना रखे हुआ बलखिया बड़े बड़े अजीब ना है अच्छा अजीब है हाँ बड़ा प्यारा व्यू है सही मैं इन्हें भाई और को आया तो मैं थोड़ा जरा फार्म विजिट करने शौक देखने जरा मुर्गियों का शौक जो पाले हुआ चेक करवाया बड़ा दिल खुश होया चलने फिर यार बारे ज्यादा नो जाए मेहरबानी शुक्रिया।